जी, सब तो पहला तुहाडा सारिआं दा ही बहुत बहुत धन्नवाद है। थोड़ा थले कर सब दा बहुत बहुत धन्नवाद है। अज साडे सारे जिहड़े पंजाब दे वख-वख जिलिआं दे प्रधान साहिबान और सारे असैंबली हल्कियां दे जिहड़े इंचार्ज आ उन्हां सारिआं दी सांझी मीटिंग जिहड़ी आ साडे प्रधान साहिब सरदार सुखबीर सिंह जी बादल साहिब दी प्रधानगी दे हेठ होई आ, जिहदे विच सब तों पहलां ते जिहड़ा इस वेले देश दे विच बड़ा भखदा मुद्दा है यूनिफार्म सिविल कोड दा, ओहदे उत्ते गंभीरता दे नाल विचार चर्चा हुई है, सारिआं दे विचार ले गए आ और एक चार मैंबरी कमेटी जिहड़ी है ओह श्रोमणी अकाली दल दी तरफों जिहड़ा इस विषय दे उत्ते केस तैयार करन वास्ते जिहड़ी ला कमिशन नूं असीं रिप्रेजेंटेशन पार्टी वल्लों देनी है ओह जिहड़ी आ नियत कीती गई है, जिहड़ी सारे पक्खां तों यूनिफार्म सिविल कोड दा मुद्दा जिहड़ा स्टडी करके ते जिहड़ा पार्टी दा श्रोमणी अकाली दल दा पक्ख है ओह ला कमिशन नूं देगी। उस कमेटी दे विच प्रोफेसर चंदू मजरा साहब भी ने, सरदार महेशिंदर सिंह गरेवाल साहब ने, सरदार सिकंदर सिंह मलूका साहब है और चौथा मेरी ड्यूटी लगी है। असी चारे ही सारे पक्खां तों उन्हूं डीपली स्टडी करके जिहड़े बुद्धिजीवी वर्ग है उन्हां नाल भी राय करके, जिहड़े लीगल एक्सपर्ट है कॉन्स्टिट्यूशन लायर है उन्हां नाल भी स्टडी करके ते सारा जिहड़ी रिप्रेजेंटेशन है ओह असी 13 जुलाई तों पहलां ਜਿਹੜਾ ਡਾਕ ਕਮਿਸ਼ਨ ਆਫ ਇੰਡੀਆ ਉਹਨੂੰ ਸਰ ਇਨਫੋਰਮੇਸ਼ਨ ਆ ਰਹੀ ਹੈ ਕਿ 18 ਤਾਰੀਖ ਨੂੰ ਸੁਖਬੀਰ ਬਾਦਲ ਦਿੱਲੀ ਮੇ ਹੋਂਗੇ, ਅਸ਼ੋਕਾ ਹੋਟਲ ਮੇ ਹੋਂਗੇ ਔਰ ਸ਼ਾਮਿਲ ਹੋਂਗੇ ਕੈਪਟਨ ਇੰਡੀਆ ਮੇ। ਦੇਖੋ ਗੱਲ ਇਹ ਹੈ ਕਿ ਅਸੀਂ ਪਹਿਲਾਂ ਵੀ ਬੜਾ ਸਵੇਰੇ ਵੀ ਸਪਸ਼ਟ ਕੀਤਾ ਸੀ, ਕੱਲ ਵੀ ਕੀਤਾ ਸੀ ਤੇ ਮੈਂ ਮੀਡੀਆ ਨੂੰ ਹੁਣ ਵੀ ਬੇਨਤੀ ਕਰਦਾ ਕਿ ਜਿਹੜੀ ਅਣਅਧਿਕਾਰਤ ਤੌਰ ਦੇ ਉੱਤੇ ਜਿਹੜੇ ਕੋਈ ਸੂਤਰ ਗਲਤ ਖਬਰ ਦਿੰਦੇ ਆ ਉਹਨੂੰ ਨਹੀਂ ਚਲਾਉਣਾ ਚਾਹੀਦਾ। ਇਸ ਕਰਕੇ ਨਾ ਤਾਂ ਅੱਜ ਕੋਈ ਏਜੰਡਾ ਸੀ ਸਾਡਾ ਕਿ ਕਿਸੇ ਵੀ ਪਾਰਟੀ ਨਾਲ ਅਲਾਇੰਸ ਕਰਨ ਦਾ, ਕਿਉਂਕਿ ਸਾਡਾ ਆਲਰੇਡੀ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਇੰਸ ਜਿਹੜਾ ਉਹ ਸਾਡਾ ਚੱਲ ਰਿਹਾ ਔਰ ਬੜਾ ਅੱਛਾ ਚੱਲ ਰਿਹਾ। ਇਸ ਕਰਕੇ ਹੋਰ ਕਿਸੇ ਵੀ ਪਾਰਟੀ ਦੇ ਨਾਲ ਨਾ ਤਾਂ ਕੋਈ ਗੱਲ ਚੱਲ ਰਹੀ ਹੈ। ਇਸ ਕਰਕੇ ਵਾਰ ਵਾਰ ਉਸ ਕੁਐਸਚਨ ਨੂੰ ਜਿਵੇਂ ਮਰਜ਼ੀ ਘੁਮਾ ਕੇ ਪੁੱਛੋ ਤਾਂ ਉਹਦਾ ਕੋਈ ਲਾਭ ਨਹੀਂ ਹੈ। ਉਹ ਅਸੀਂ ਅਲੱਗ ਦੇਖਾਂਗੇ, ਸਾਡੇ ਸਾਰਿਆਂ ਨੇ ਆਪੋ ਆਪਣੇ ਸਟੈਂਡ ਲੈਣੇ ਆ, ਉਹ ਕੋਈ ਕਿਸੇ ਪਾਰਟੀ ਦੇ ਉੱਤੇ ਪਾਬੰਦੀ ਨਹੀਂ ਹੁੰਦੀ। ਜੇ ਕੋਈ ਅਲਾਇੰਸ ਦੇ ਵਿੱਚ ਵੀ ਹੁੰਦਾ ਤਾਂ ਉਹਨੂੰ ਹੱਕ ਹੁੰਦਾ, ਪਾਰਟੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ, ਅਲਾਇੰਸ ਕੁਛ ਮੁੱਦਿਆਂ ਨੂੰ ਲੈ ਕੇ ਜਿਹੜਾ ਉਹ ਚੱਲਦਾ। ਇਸ ਕਰਕੇ ਉਹ ਜਦੋਂ ਅਸੀਂ ਆਪਣਾ ਕੇਸ ਤਿਆਰ ਕਰਾਂਗੇ ਉਹਨਾਂ ਦਾ ਵੀ ਅਸੀਂ ਦੇਖਾਂਗੇ ਕਿ ਚਿਮਾ ਸਾਹਿਬ 18 ਕੋ ਜੋ ਮੀਟਿੰਗ ਹੋ ਰਹੀ ਹੈ ਐਨਡੀਏ ਕੀ ਉਸਮੇ 올ਡ ਅਲਾਈਸ ਕੋ ਵੀ ਬੁਲਾਇਆ ਗਿਆ ਹੈ ਆਪਕੀ ਪਾਰਟੀ ਕੀ। ਦੇਖੋ ਮੈਂ ਤਾਂ ਕਹਿਣਾ ਕਿ ਅੱਜ ਦੀ ਮੀਟਿੰਗ ਦਾ ਕੋਈ ਏਜੰਡਾ ਨਹੀਂ ਸੀ, ਹਾਲੇ ਕੋਈ ਸਾਡੇ ਕੋਲੇ ਕਮਿਊਨੀਕੇਸ਼ਨ ਨਹੀਂ ਹੈ ਉਹਦੇ ਸੰਬੰਧ ਚ, ਇਸ ਕਰਕੇ ਬਿਨਾ ਕਿਸੇ ਜਾਣਕਾਰੀ ਤੋਂ ਕੋਈ ਕਹਿਣਾ ਜਿਹੜਾ ਉਹ ਪ੍ਰੋਪਰ ਨਹੀਂ ਹੈ। ਦੂਸਰਾ ਜਿਹੜੀ ਵੱਡੀ ਗੱਲ ਸੀ ਕਿ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਸਿੱਖ ਧਰਮ ਦੇ ਵਿੱਚ ਨੰਗੀ ਚਿੱਟੀ ਦਖਲ ਅੰਦਾਜ਼ੀ ਕਰਨ ਵਾਸਤੇ ਜਿਹੜਾ ਅਮੈਂਡਮੈਂਟ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਕੀਤੀ ਗਈ ਹੈ, ਅੱਜ ਦੀ ਮੀਟਿੰਗ ਦੇ ਵਿੱਚ ਰੈਜੂਲੇਸ਼ਨ ਪਾਸ ਕਰਕੇ ਉਹਨੂੰ ਮੂਲ ਰੂਪ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਕਿ ਇਹ ਜਿਹੜੀ ਅਮੈਂਡਮੈਂਟ ਪਾਸ ਕੀਤੀ ਗਈ ਹੈ ਟੋਟਲੀ ਅਨਕੋਨਸਟੀਟਿਊਸ਼ਨਲ ਹੈ, ਇਲੀਗਲ ਹੈ ਔਰ ਸਿੱਖਾਂ ਦੇ ਕੰਮਾਂ ਧਾਰਮਿਕ ਕੰਮਾਂ ਦੇ ਵਿੱਚ ਸਿੱਧੀ ਸਿੱਧੀ ਦਖਲਅੰਦਾਜ਼ੀ ਹੈ ਔਰ ਅਸੀਂ ਜਿਹੜੀ ਹੈ ਗਵਰਨਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਇਹਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਇਹ ਬਿਲਕੁਲ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ। ਇਸ ਦੇ ਨਾਲ ਹੀ ਜਿਹੜੀ ਉਸ ਦਿਨ ਵਿਧਾਨ ਸਭਾ ਦੇ ਵਿੱਚ ਇਸੇ ਅਮੈਂਡਮੈਂਟ ਦੇ ਬਿੱਲ ਦੇ ਉੱਤੇ ਚਰਚਾ ਦੇ ਦੌਰਾਨ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਜਿਨ੍ਹਾਂ ਹੋਰ ਮਹਾਨ ਸ਼ਖਸੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਸ ਡਿਸਰਿਸਪੈਕਟ ਦੇ ਨਾਲ ਉਹਨਾਂ ਦੇ ਨਾਮ ਲਏ ਗਏ ਉਹਦੀ ਵੀ ਅੱਜ ਫਿਰ ਇੱਕ ਰੈਜੂਲੇਸ਼ਨ ਕਰਕੇ ਨਿਖੇਧੀ ਕੀਤੀ ਗਈ। ਇਹਦੇ ਨਾਲ ਹੀ ਜਿਹੜਾ ਕੀਰਤਨੀ ਸਿੰਘਾਂ ਬਾਰੇ ਮੁੱਖ ਮੰਤਰੀ ਸਾਹਿਬ ਨੇ ਅਪਸ਼ਬਦ ਵਰਤੇ ਔਰ ਗਲਤ ਜਿਹੜੀ ਆ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਸੰਬੋਧਨ ਕੀਤਾ ਉਹਦੀ ਵੀ ਨਿਖੇਧੀ ਕੀਤੀ ਗਈ ਔਰ ਜਿਹੜਾ ਦਾੜੀ ਦੇ ਉੱਤੇ ਜਿਸ ਤਰੀਕੇ ਦੇ ਕਟਾਕਸ਼ ਕੀਤੇ ਗਏ, ਇਹ ਸਾਰੀਆਂ ਜਿਹੜੀਆਂ ਕੁਝ ਹਰਕਤਾਂ
ਇਹਦੀ ਜਿਹੜੀ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਜਿਹੜੀ ਆ ਉਹ ਨਿਖੇਧੀ ਕੀਤੀ ਗਈ। ਇੱਕ ਖਾਸ ਤੌਰ ਤੇ ਮੈਂ ਇੱਕ ਮੀਡੀਆ ਵਾਸਤੇ ਇੱਕ ਰੈਜੂਲੇਸ਼ਨ ਅਸੀਂ ਪਾਸ ਕੀਤਾ ਕਿ ਕੁਛ ਕੁ ਚੈਨਲ ਬਹੁਤ ਹੀ ਪੱਖਪਾਤੀ ਤਰੀਕੇ ਦੇ ਨਾਲ ਸਰਕਾਰ ਦਾ ਪੱਖ ਪੂਰਨ ਵਾਸਤੇ ਤੇ ਇੱਕ ਟਾਰਗੇਟਡ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਗਲਤ ਤਰੀਕੇ ਦੇ ਨਾਲ ਪ੍ਰਚਾਰ ਜਿਹੜਾ ਉਹ ਕਰ ਰਿਹਾ। ਅਸੀਂ ਸਾਰੇ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਮੀਡੀਆ ਨੂੰ ਆਪਣੀ ਨਿਰਪੱਖਤਾ ਜਿਹੜੀ ਆ ਉਹ ਕਾਇਮ ਰੱਖਣੀ ਚਾਹੀਦੀ ਹੈ। ਅਸੀਂ ਬੜੀ ਪੁਰਾਣੀ ਪਾਰਟੀ ਹਾਂ, ਮੀਡੀਆ ਦੀ ਅਸੀਂ ਬਹੁਤ ਵੱਡੀ ਇੱਜ਼ਤ ਕਰਦੇ ਹਾਂ ਔਰ ਹਮੇਸ਼ਾ ਹੀ ਜਦੋਂ ਕਿਸੇ ਮੀਡੀਆ ਦੇ ਉੱਤੇ ਕੋਈ ਕਿਸੇ ਨੇ ਜਿਹੜੀ ਆ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਮੀਡੀਆ ਦਾ ਅਸੀਂ ਡਟ ਕੇ ਸਾਥ ਵੀ ਦਿੱਤਾ, ਪਰ ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਸਾਰੇ ਉਹਨਾਂ ਚੈਨਲਾਂ ਨੂੰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਇਹਨਾਂ ਹਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਸਾਡੇ ਕੋਲ ਕੋਈ ਮਜਬੂਰੀ ਵਸ ਕੋਈ ਚਾਰਾ ਨਹੀਂ ਹੋਊਗਾ ਕਿ ਉਹਨਾਂ ਦਾ ਸਾਨੂੰ ਬਾਈਕਾਟ ਜਿਹੜਾ ਉਹ ਪਾਰਟੀ ਵੱਲੋਂ ਅਨਾਊਂਸ ਕਰਨਾ ਪਏਗਾ। ਅੱਜ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜੇ ਜ਼ਰੂਰਤ ਪਈ ਤਾਂ ਫਿਰ ਨਾਮ ਵੀ ਲਿਆ ਜਾਏਗਾ, ਲੇਕਿਨ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਕੰਮ ਨਾ ਕਰਨ। ਇੱਕ ਜਿਹੜਾ ਅਧਿਆਪਕਾਂ ਦੇ ਉੱਤੇ ਔਰ ਮੁਲਾਜ਼ਮਾਂ ਦੇ ਉੱਤੇ ਬੜਾ ਵਹਿਸ਼ੀਆਨਾ ਤਰੀਕੇ ਦੇ ਨਾਲ ਲਾਠੀਚਾਰਜ ਜਿਹੜਾ ਸਰਕਾਰ ਨੇ ਕੀਤਾ ਉਹਦੀ ਵੀ ਜਿਹੜੀ ਹੈ ਸਖ਼ਤ ਆਲੋਚਨਾ ਅੱਜ ਅਸੀਂ ਮਤਾ ਪਾਸ ਕਰਕੇ ਕੀਤੀ ਹੈ। ਇੱਕ ਕੁਛ ਵਿਸ਼ੇਸ਼ ਪ੍ਰੋਗਰਾਮ ਬਣਾਏ ਗਏ ਹੈ ਕਿ ਪਾਰਟੀ ਦੇ ਯੂਥ ਵਿੰਗ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ 10 ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ 18 ਵਿਧਾਨ ਸਭਾ ਹਲਕਿਆਂ ਦੇ ਵਿੱਚ ਪਹਿਲੇ ਦੌਰ ਦੀਆਂ ਮੀਟਿੰਗਾਂ ਸ਼ੁਰੂ ਕਰਨਗੇ, ਆਪਣਾ ਜਨ ਸੰਪਰਕ ਸ਼ੁਰੂ ਕਰਨਗੇ, ਨੌਜਵਾਨਾਂ ਨੂੰ ਮਿਲਣਗੇ। ਇਸ ਤੋਂ ਬਾਅਦ ਉਹ ਸਾਰੇ 117 ਹਲਕਿਆਂ ਦਾ ਉਹਨਾਂ ਦਾ ਪ੍ਰੋਗਰਾਮ ਬਣੇਗਾ। ਇਸੇ ਤਰੀਕੇ ਜਿੰਨੇ ਸਾਡੇ ਹਲਕਿਆਂ ਦੇ ਇੰਚਾਰਜ ਆ ਉਹ ਸਾਰੇ 20 ਜੁਲਾਈ ਤੋਂ ਲੈ ਕੇ 31 ਅਗਸਤ ਤੱਕ ਸਰਕਾਰ ਦੇ ਜਿਹੜੇ ਗਲਤ ਕੰਮ ਹੈ, ਗਲਤ ਵਾਅਦੇ ਆ, ਗੁੰਮਰਾਹਕੁੰਨ ਪ੍ਰਚਾਰ ਆ, ਉਹਦੀ ਪੋਲ ਖੋਲਣ ਵਾਸਤੇ ਹਰ ਪਿੰਡ ਦੇ ਵਿੱਚ ਆਪ ਜਾ ਕੇ ਸੱਥ ਦੇ ਵਿੱਚ ਜਿਹੜਾ ਉਹ ਜਨਤਾ ਦੇ ਨਾਲ ਸਿੱਧਾ ਜਿਹੜਾ ਸੰਪਰਕ ਜਿਹੜਾ ਉਹ ਕਰਨਗੇ। ਬਾਕੀ ਪਾਰਲੀਮੈਂਟ ਚੋਣਾਂ ਦੇ ਸੰਬੰਧ ਦੇ ਵਿੱਚ ਵੀ ਅਸੀਂ ਆਪਣੀ ਤਿਆਰੀ ਦੀ ਮੀਟਿੰਗ ਕੀਤੀ ਆ ਔਰ ਬਹੁਤ ਜਲਦੀ ਅਸੀਂ ਹਰ ਪਾਰਲੀਮੈਂਟ ਹਲਕੇ ਜਿਹੜੇ 13 ਪਾਰਲੀਮੈਂਟ ਹਲਕੇ ਆ ਹਰ ਇੱਕ ਦੇ ਵਿੱਚ ਇੱਕ ਇੱਕ ਇੰਚਾਰਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਵਾਂਗੇ, ਜਿਹੜੇ ਹੁਣ ਤੋਂ ਲੈ ਕੇ ਇਲੈਕਸ਼ਨ ਦੀ ਲਾਮਬੰਦੀ ਕਰਨਗੇ ਔਰ ਜਿਨ੍ਹਾਂ ਥਾਵਾਂ ਦੇ ਉੱਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਉਹਨਾਂ ਦੇ ਥਾਵਾਂ ਦੇ ਉੱਤੇ ਵੀ ਜਿਹੜਾ ਹੈਗਾ ਉੱਥੇ ਵੀ ਇੰਚਾਰਜ ਲਾ ਕੇ ਅਤੇ ਉੱਥੇ ਵੀ ਪਾਰਟੀ ਨੂੰ ਜਿਹੜਾ ਲਾਮਬੰਦ ਕਰਨ ਦਾ ਕੰਮ ਜਿਹੜਾ ਉਹ ਤੇਜ਼ੀ ਦੇ ਨਾਲ ਸ਼ੁਰੂ ਹੋਇਆ। ਨਹੀਂ ਦੇਖੋ, ਗੱਲ ਇਹ ਹੈ ਕਿ ਜਿਹੜਾ ਸਾਡਾ ਦੇਸ਼ ਹੈ ਇੱਕ ਬਹੁ ਧਰਮੀ ਬਹੁ ਭਾਸ਼ਾਈ ਅਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਆ ਲੋਕ ਆ, ਵੱਖ ਵੱਖ ਕਲਚਰ ਦੇ ਲੋਕ ਆ, ਬੜੀ ਖੁਸ਼ੀ ਦੇ ਨਾਲ ਮਿਲ ਜੁਲ ਕੇ ਇਕੱਠੇ ਰਹਿੰਦੇ ਆ ਔਰ ਇਹੀ ਸਾਡੇ ਜਿਹੜੇ ਦੇਸ਼ ਦੀ ਹੈ ਉਹ ਖੂਬਸੂਰਤੀ। ਸੰਵਿਧਾਨ ਨੇ ਸਾਨੂੰ ਫਰੀਡਮ ਆਫ ਰਿਲੀਜਨ ਜਿਹੜੀ ਆ ਉਹ ਪ੍ਰੋਵਾਈਡ ਸਾਰਿਆਂ ਨੂੰ ਕੀਤੀ ਹੋਈ ਹੈ ਔਰ ਜਿੰਨੇ ਪਰਸਨਲ ਲਾਜ਼ ਨੇ ਉਹ ਸਾਰੇ ਜਿਹੜੇ ਧਰਮਾਂ ਦੇ ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਅਨੁਕੂਲ ਬਣੇ ਆ ਔਰ ਬੜੇ ਅੱਛੇ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ। ਪਿਛਲਾ ਜਿਹੜਾ 21ਵਾਂ ਲਾ ਕਮਿਸ਼ਨ ਹੈ ਉਹਨੇ ਵੀ ਆਪਣੀ ਫਾਈਂਡਿੰਗ ਦਿੱਤੀ ਸੀ ਕਿ ਇਹ ਜਿਹੜੇ ਯੂਨੀਫਾਰਮ ਸਿਵਲ ਕੋਡ ਹੈ ਨਾ ਇਹ ਪੋਸੀਬਲ ਹੈ ਨਾ ਡਿਜ਼ਾਇਰੇਬਲ ਹੈ। ਇਸ ਕਰਕੇ ਉਹਨਾਂ ਨੇ ਇੱਥੋਂ ਤੱਕ ਵੀ ਵਾਰਨ ਕੀਤਾ ਸੀ ਕਿ ਅਨਸੈਸਰੀ ਅਸੀਂ ਇੱਦਾਂ ਜਿਹੜੀ ਹੈ ਇਹਨੂੰ ਯੂਨੀਫਾਰਮਿਟੀ ਦੀ ਗੱਲ ਕਰਦੇ ਕਰਦੇ ਦੇਸ਼ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਕਿਤੇ ਨੁਕਸਾਨ ਨਾ ਪਹੁੰਚਾਈ। ਇਸ ਕਰਕੇ ਹੁਣ ਵੀ ਬੜੀ ਵੱਡੀ ਅਨਰੈਸਟ ਹੈ ਨੌਰਥ ਈਸਟ ਦੇ ਵਿੱਚ ਜਿੱਥੇ ਟ੍ਰਾਈਬਸ ਹੈਗੇ ਆ ਉੱਥੇ ਵੀ ਬੜੀ ਵੱਡੀ ਅਨਰੈਸਟ ਹੈ। ਇਸ ਕਰਕੇ ਕੋਈ ਜ਼ਰੂਰਤ ਨਹੀਂ ਹੈ, ਕੋਈ ਕਾਰਨ ਨਹੀਂ ਹੈ ਕਿ ਇਸ ਜਿਹੜਾ ਗੁਲਦਸਤਾ ਹੈ ਇਹਨੂੰ ਕਿਸੇ ਤਰੀਕੇ ਡਿਸਟਰਬ ਕਰੀਏ। ਬਾਕੀ ਅਸੀਂ ਇਹਦੇ ਸਾਰੇ ਪੱਖ ਅਸੀਂ ਪੜ੍ਹ ਕੇ ਅਤੇ ਵਿਸਤਾਰ ਦੇ ਵਿੱਚ ਜਿਹੜਾ ਇਹ ਕੇਸ ਸਾਰਾ ਜਿਹੜਾ ਹੈਗਾ ਅਸੀਂ ਲਾ ਕਮਿਸ਼ਨ ਕੋਲ ਤੱਥਾਂ ਦੇ ਸਹਿਤ ਤਰਕ ਦੇ ਨਾਲ ਜਿਹੜਾ ਸਾਰਾ ਅਸੀਂ ਪੇਸ਼ ਕਰਾਂਗੇ ਪੂਰੇ ਵਿਸਤਾਰ ਦੇ ਨਾਲ। ਉੱਥੇ ਇੱਕ ਜਿਹੜਾ ਸਰਕਾਰ ਨੇ ਦੋ ਵਾਰੀ ਵੈਟ ਵਧਾਇਆ ਡੀਜ਼ਲ ਅਤੇ ਪੈਟਰੋਲ 'ਤੇ ਉਹਦੀ ਵੀ ਅਸੀਂ ਨਿਖੇਧੀ ਕੀਤੀ ਹੈ ਔਰ ਮੰਗ ਕੀਤੀ ਹੈ ਕਿ ਵਾਧਾ ਵਾਪਸ ਹੋਣਾ ਚਾਹੀਦਾ।